ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੋਰ ਸੁਣਾਓ ਜੀ, ਕਿਵੇਂ ਹੋ ਸਾਰੇ? ਠੀਕ ਠਾਕ? ਤੁਹਾਡਾ ਸਵਾਗਤ ਹੈ ਤੁਹਾਡਾ ਨੂ ਫੈਮਿਲੀ ਬਲੌਗ ਚੈਨਲ 'ਤੇ। ਅਤੇ ਲਓ ਜੀ, ਅੱਜ ਮੈਂ ਕੋਈ ਵੀ ਤੁਹਾਡੇ ਨਾਲ ਕੰਮ ਦੀ ਵੀਡੀਓ ਕੋਈ ਵੀ ਤੁਹਾਡੇ ਨਾਲ ਨਹੀਂ ਸ਼ੇਅਰ ਕਰੂੰਗੀ, ਸਿਰਫ ਕੁਛ ਕੁ ਆਪਣੇ ਜਿਹੜੇ ਕਮੈਂਟ ਆਏ ਹੋਏ ਸੀ, ਸਿਰਫ ਮੈਂ ਉਹਨਾਂ ਦਾ ਰਿਪਲਾਈ ਦਊਂਗੀ, ਹੈ ਨਾ, ਉਹਨਾਂ ਦੇ ਜਵਾਬ ਦਊਂਗੀ। ਕਈ ਮੇਰੇ ਭੈਣਾਂ ਨੇ ਕਮੈਂਟ ਕਰੇ ਸੀਗੇ ਮੈਨੂੰ, ਅਤੇ ਮੈਨੂੰ ਇੱਦਾਂ ਲੱਗਿਆ ਨਾ ਵੀ ਜਦੋਂ ਆਪਾਂ ਕਮੈਂਟ ਦੇ ਵਿੱਚ ਆ ਨਾ, ਆਪਾਂ ਨੂੰ ਭੈਣ ਭਾਈ ਪੁੱਛਦਾ ਤਾਂ ਆਪਾਂ ਨਾ ਉਹਨਾਂ ਦੇ ਜਿਹੜੇ ਆਂਸਰ ਨੇ ਜ਼ਰੂਰ ਦੀ, ਆਪਾਂ ਫੈਮਿਲੀ ਦੀ ਤਰ੍ਹਾਂ ਹੀ, ਹੈ ਨਾ, ਸਾਰੀਆਂ ਭੈਣਾਂ ਨੂੰ ਸਾਰਿਆਂ ਨੂੰ ਨਾ ਸਮਝਦੇ ਹਾਂ। ਅਤੇ ਜਿਹੜੀ ਗੱਲ ਦੱਸਣ ਵਾਲੀ ਹੈ ਵੀ ਜ਼ਰੂਰ ਦੱਸਣੀ ਚਾਹੀਦੀ ਹੈ ਨਾ, ਜ਼ਰੂਰ ਆਪਾਂ ਨੂੰ ਕਰਨਾ ਚਾਹੀਦਾ ਗਾ। ਅਤੇ ਹੋ ਸਕਦਾ ਕਈਆਂ ਮੇਰੀਆਂ ਭੈਣਾਂ ਨੂੰ ਇਹ ਚੀਜ਼ ਦਾ ਨਾ ਜ਼ਰੂਰ ਵੀ ਸਪੋਰਟ ਵੀ ਮਿਲੇ ਇਹ ਚੀਜ਼ ਦੱਸਣ ਨਾਲ। ਅਤੇ ਉਹ ਕਮੈਂਟ ਸੀਗਾ ਸਭ ਤੋਂ ਪਹਿਲਾਂ ਜਿਹੜਾ ਮੇਨ ਕਮੈਂਟ ਸੀ, ਮੈਂ ਤੁਹਾਨੂੰ ਉਹ ਦੱਸਦੀ ਹੈਗੀ ਵੀ, ਹੈ ਨਾ, ਕਈ ਦੋ ਭੈਣਾਂ ਦੋ ਨੇ ਸ਼ਾਇਦ, ਹਾਂ, ਮੇਰੇ ਤੋਂ ਪੁੱਛਿਆ ਸੀ ਇੱਕ ਭੈਣ ਨੇ, ਤਾਂ ਮੈਨੂੰ ਸ਼ਾਇਦ ਦੋ ਤਿੰਨ ਕਮੈਂਟ ਵੀ ਕਰ ਦਿੱਤੇ ਇਸ ਬਾਰੇ, ਕਹਿੰਦੇ ਵੀ ਤੁਹਾਡਾ ਬੁਟੀਕ ਆ ਜਿਹੜਾ ਕਿੱਥੇ ਹੈ, ਵੀ ਤੁਸੀਂ ਕਿੱਥੇ ਕੰਮ ਕਰਦੇ, ਕਿਉਂਕਿ ਮੈਂ ਸ਼ੋਰਟਸ ਵਗੈਰਾ ਜਾਂ ਆਪਣੀ ਵੀਡੀਓ ਵਗੈਰਾ ਦਿਖਾਉਂਦੀ ਰਹਿੰਦੀ ਹੈਗੀ ਵੀ ਤੁਹਾਡਾ ਜਿਹੜਾ ਬੁਟੀਕ ਆ ਕਿੱਥੇ ਆ। ਭੈਣੇ ਪਹਿਲੀ ਗੱਲ ਤਾਂ ਨਾ ਵੀ ਮੇਰਾ ਬੁਟੀਕ ਕਹਿ ਲਓ, ਹੈ ਨਾ, ਵੀ ਮੈਂ ਮੇਰਾ ਜਿਹੜਾ ਬੁਟੀਕ ਆ ਮੇਰੇ ਘਰ ਦੇ ਵਿੱਚ ਹੀ ਹੈਗਾ, ਕੋਈ ਵੀ ਅਲੱਗ ਤੋਂ ਰੂਮ ਵਗੈਰਾ ਆਪਣੇ ਕੋਲ ਨਹੀਂ ਹੈਗਾ, ਮੈਂ ਅਲੱਗ ਤੋਂ ਕੋਈ ਵੀ ਰੂਮ ਵਗੈਰਾ 'ਚ ਨਹੀਂ ਸੈਟਅਪ ਕੀਤਾ ਹੋਇਆ, ਸਿਰਫ ਵੀ ਮੈਂ ਬਰਾਂਡਾ ਆਪਣੇ ਕੋਲ ਸਿਰਫ ਉੱਥੇ ਬਸ ਆਪਣੀਆਂ ਜਿਹੜੀਆਂ ਮਸ਼ੀਨਾਂ ਨੇਗੀਆਂ ਰੱਖੀਆਂ ਹੋਈਆਂ ਨੇਗੀਆਂ ਆਪਣੀਆਂ। ਅਤੇ ਬਾਬਾ ਜੀ ਨੇ ਮਿਹਰ ਕਰੀ ਤੁਹਾਡੇ ਸਾਰਿਆਂ ਦਾ, ਮੇਰੀਆਂ ਭੈਣਾਂ ਦਾ, ਸਾਰਿਆਂ ਦਾ, ਆਪਣੇ ਫੈਮਿਲੀ ਮੈਂਬਰਾਂ ਦਾ ਨਾ, ਸਾਰੀ ਯੂਟਿਊਬ ਫੈਮਿਲੀ ਦਾ ਸਪੋਰਟ ਰਿਹਾ, ਆਪਾਂ ਅੱਗੇ ਵੀ ਜ਼ਰੂਰ ਜਾਵਾਂਗੇ। ਅਤੇ ਚਾਹ ਨਾ ਜ਼ਰੂਰ ਰੱਖਣੀ ਚਾਹੀਦੀ ਹੈ ਕਿਸੇ ਵੀ ਕੰਮ ਨੂੰ ਲੈ ਕੇ, ਉਮੀਦ ਜ਼ਰੂਰ ਰੱਖਣੀ ਚਾਹੀਦੀ ਵੀ ਹਾਂ ਆਪਾਂ ਇੱਦਾਂ ਕਰਾਂਗੇ, ਨਾ ਨੈਗੇਟਿਵ ਸੋਚ ਨਹੀਂ ਰੱਖਣੀ ਚਾਹੀਦੀ, ਹਾਂ ਪੋਜ਼ਿਟਿਵ ਹੀ ਰਹਿਣਾ ਚਾਹੀਦਾ ਵੀ ਆਪਾਂ ਅੱਗੇ ਵੀ ਮਿਹਨਤ ਕਰਕੇ, ਹੈ ਨਾ, ਸਾਰਿਆਂ ਦੀ ਸਪੋਰਟ ਦੇ ਨਾਲ ਆਪਾਂ ਅੱਗੇ ਜ਼ਰੂਰ ਜਾਵਾਂਗੇ। ਅਤੇ ਜਿਹੜਾ ਮੇਰਾ ਬੁਟੀਕ ਆ ਜੀ, ਮੇਰੇ ਘਰ ਦੇ ਵਿੱਚ ਹੀ ਹੈਗਾ, ਯਾਨੀ ਕਿ ਘਰ ਹੀ ਆ, ਕੋਈ ਬਾਹਰ ਜਾ ਕਿਤੇ ਹੋਰ ਗਲੀ 'ਚ ਜਾ ਕਿਤੇ ਵੀ ਹੋਰ ਨਹੀਂ, ਮੈਂ ਜਿਹੜਾ ਬੁਟੀਕ ਖੋਲ੍ਹਿਆ ਜਾਂ ਕੋਈ ਵੀ ਰੂਮ ਵਗੈਰਾ ਦੇ ਵਿੱਚ ਵੀ ਨਹੀਂ ਖੋਲ੍ਹਿਆ ਹੈਗਾ, ਛੋਟਾ ਜਿਹਾ ਸਾਡਾ ਘਰ ਆ ਬਸ, ਉਹਦੇ ਵਿੱਚ ਹੀ ਮੈਂ ਆਪਣੀਆਂ ਜਿਹੜੀਆਂ ਮਸ਼ੀਨਾਂ ਰੱਖੀਆਂ ਹੋਈਆਂ ਨੇ। ਹਾਂ, ਜਿੱਥੇ ਮੈਂ ਸਲੂਨ ਦਾ ਵਰਕ ਕਰਦੀ ਹਾਂ ਉਹ ਮੇਰੇ ਕੋਲ ਰੂਮ ਹੈਗਾ ਇੱਕ, ਅਤੇ ਉੱਥੇ ਬਸ ਮੇਰੇ ਚੇਅਰ ਵਗੈਰਾ ਹੋ ਗਏ ਜਿਵੇਂ, ਹੈ ਨਾ, ਜਿੱਦਾਂ ਵੀ ਆਪਾਂ ਕਹਿ ਦਈਏ ਵੀ ਫੇਸ਼ੀਅਲ ਕਿੱਟ ਵਗੈਰਾ ਨਾ, ਕੁਛ ਵੀ ਇੱਦਾਂ ਮੇਕਅਪ ਦਾ ਸਮਾਨ ਸਾਰਾ ਮੈਂ ਉੱਥੇ ਸੈਟਅਪ ਕੀਤਾ ਹੋਇਆ, ਸਾਰਾ ਕੁਛ ਚਿਰ ਹੋਇਆ ਰੈਨੋਵੇਟ ਕਰਿਆ ਜੀ। ਮੇਰੀਆਂ ਭੈਣਾਂ ਪਹਿਲਾਂ ਤੋਂ ਮੇਰੇ ਨਾਲ ਜੁੜੀਆਂ ਹੋਈਆਂ, ਉਹਨਾਂ ਨੂੰ ਪਤਾ ਹੀ ਹੋਣਾ, ਹੈ ਨਾ, ਵੀ ਆਪਾਂ ਨੇ ਕਿਵੇਂ ਉਹਨੂੰ ਤਿਆਰ ਕਰਵਾਇਆ ਸੀਗਾ। ਅਤੇ ਕੁਛ ਕੁ ਬਸ ਮੈਂ ਮੇਕਅਪ ਦਾ ਜਿਹੜਾ ਸਮਾਨ ਰੱਖਿਆ ਹੋਇਆ, ਅਤੇ ਨਾਲ ਹੀ ਲੈਸਾਂ ਵਗੈਰਾ ਵੀ ਆਇਆ, ਹੈ ਨਾ, ਵੀ ਜਿਵੇਂ ਆਪਾਂ ਸਿਲਾਈ ਦਾ ਕੰਮ ਕਰਦੇ ਹਾਂ, ਹੈ ਨਾ, ਵੀ ਸਾਰਾ ਦਿਨ ਆਪਾਂ ਨੂੰ ਨਾ ਬਾਹਰੋਂ ਵੀ ਲਿਆਉਣੀ ਕਰਨੀ ਲੈਸ ਔਖੀ ਹੈਗੀ, ਅਤੇ ਉਹਦੇ ਕਰਕੇ ਮੈਂ ਲੈਸਾਂ ਵਗੈਰਾ ਵੀ ਰੱਖੀਆਂ ਹੋਈਆਂ ਨੇ ਸ਼ੋਪ ਦੇ ਵਿੱਚ। ਅਤੇ ਹੁਣ ਜਿਹੜਾ ਤੁਹਾਨੂੰ ਮੈਂ ਬੁਟੀਕ ਆ, ਮੈਂ ਤੁਹਾਨੂੰ ਦੱਸਦੀ ਹਾਂ, ਮੇਰਾ ਘਰ ਦੇ ਵਿੱਚ ਹੀ ਹੈਗਾ ਬੁਟੀਕ, ਬਰਾਂਡੇ ਦੇ ਵਿੱਚ ਹੀ ਮੈਂ ਆਪਣੀਆਂ ਸਾਰੀਆਂ ਮਸ਼ੀਨਾਂ ਲਗਾਈਆਂ ਹੋਈਆਂ ਨੇਗੀਆਂ। ਅਤੇ ਪਹਿਲੀ ਗੱਲ ਤਾਂ ਜਦੋਂ ਆਪਾਂ ਕਿਤੇ ਬਾਹਰ ਬੁਟੀਕ ਵਗੈਰਾ ਖੋਲ੍ਹਦੇ ਹਾਂ ਜਾਂ ਆਪਾਂ ਕਿਤੇ ਬਾਹਰ, ਹੈ ਨਾ, ਲੈਂਦੇ ਹਾਂ, ਵੀ ਕਿਰਾਏ ਭਾੜੇ ਦਾ ਵੀ ਹੋ ਜਾਂਦਾ ਵੀ ਆਪਾਂ ਨੂੰ ਅਲੱਗ ਤੋਂ ਕਿਰਾਇਆ ਦੇਣਾ ਪੈਂਦਾ, ਹੈ ਨਾ। ਅਤੇ ਦੂਜੀ ਗੱਲ ਜਾਣ ਆਉਣ ਦਾ ਹੋ ਜਾਂਦਾ ਵੀ ਬੰਦੇ ਨੂੰ ਜਮ੍ਹਾਂ ਪਾਬੰਦ ਰਹਿਣਾ ਪੈਂਦਾ ਵੀ ਆਪਾਂ ਨੇ 9 ਵਜੇ ਤੋਂ 9 ਵਜੇ ਤੱਕ ਆਪਾਂ ਨੂੰ ਉੱਥੇ ਰਹਿਣਾ ਪੈਂਦਾ, ਫਿਰ ਆਪਾਂ ਕਸਟਮਰ ਵੀ ਬਣਾ ਸਕਦੇ ਹਾਂ, ਅਤੇ ਫਿਰ ਹੀ ਆਪਾਂ, ਹੈ ਨਾ, ਵੀ ਆਪਦੇ ਕਸਟਮਰ ਅਟੈਂਡ ਕਰ ਸਕਦੇ ਹਾਂ ਨਾ, ਟਾਈਮ ਮਿਲਦਾ ਉਹਨਾਂ ਨੂੰ ਕਸਟਮਰਾਂ ਨੂੰ ਵੀ, ਹਾਂ 9 ਵਜੇ ਤੱਕ ਇਹ ਹੋਣਗੇ, ਹੈ ਨਾ। ਇਹ ਨਹੀਂ ਹੈਗਾ ਵੀ ਆਪਾਂ ਬੁਟੀਕ ਅਲੱਗ ਤੋਂ ਖੋਲ੍ਹ ਕੇ ਬਹਿ ਗਏ, ਆਪਾਂ ਕਦੇ ਜਾਏ ਕਦੇ ਆਪਾਂ ਨਹੀਂ ਜਾਏ, ਜਾਂ ਫਿਰ ਆਪਾਂ 2 ਘੰਟੇ ਬੁਟੀਕ ਦੇ ਰਹਿ ਗਏ ਫਿਰ ਆਪਾਂ ਕਰੇ, ਉਹ ਚੀਜ਼ ਬਹੁਤ ਔਖੀ ਹੋ ਜਾਂਦੀ। ਜਿਹੜੀਆਂ ਮੇਰੇ ਭੈਣ ਕੋਲ ਟਾਈਮ ਹੈਗਾ, ਹਾਂ, ਉਹ ਖੋਲ੍ਹ ਵੀ ਸਕਦੀਆਂ ਨੇ, ਪਰ ਜਿਹੜੇ ਉਹਦੀ ਬਿਜ਼ੀ ਲਾਈਫ ਲਾ ਲਓ, ਬੱਚਿਆਂ ਦਾ, ਹੈ ਨਾ, ਹੈਗਾ ਵੀ ਉਹਨਾਂ ਨੂੰ ਬਹੁਤ ਔਖਾ ਹੋ ਜਾਂਦਾ। ਮੇਰਾ ਜਿਹੜਾ ਬੁਟੀਕ ਆ ਇਸੇ ਕਰਕੇ ਮੈਂ ਘਰ ਦੇ ਵਿੱਚ ਹੀ ਰੱਖਿਆ ਹੋਇਆ, ਕਿਉਂਕਿ ਆਪਣੇ ਜਿਹੜੇ ਕਸਟਮਰ ਨੇ ਵਧੀਆ ਆਪਣੇ ਘਰ ਹੀ ਆ ਜਾਂਦੇ ਨੇਗੇ। ਅਤੇ ਇੱਕ ਹਾਊਸ ਵਾਈਫ ਲਈ ਬਹੁਤ ਵਧੀਆ ਜ਼ਰੀਆ ਗਾ, ਆਮਦਨੀ ਦਾ ਜ਼ਰੀਆ ਲੈ ਲਓ, ਹੈ ਨਾ, ਵੀ ਆਪਣੇ ਪੈਰਾਂ 'ਤੇ ਖੜੀ ਹੋਣ ਦਾ ਜਿਹੜਾ ਬਹੁਤ ਵਧੀਆ ਜ਼ਰੀਆ ਵਾ ਇਹ, ਵੀ ਹਾਊਸ ਵਾਈਫ ਵੀ ਆਪਣੇ ਪੈਰਾਂ 'ਤੇ ਖੜੀ ਹੋ ਗਿਆ, ਆਪਣੇ ਬੱਚਿਆਂ ਨੂੰ ਸਾਂਭਦੀ ਹੋਈ, ਹੈ ਨਾ, ਕੋਈ ਵੀ ਆਪਣਾ ਜਿਹੜਾ ਕਾਰੋਬਾਰ ਆ, ਕੋਈ ਵੀ ਆਪਣੇ ਘਰ ਦੇ ਵਿੱਚ ਰਹਿ ਕੇ ਕੰਮ ਆ ਜਿਹੜਾ ਤੋਰ ਸਕਦੀ ਹੈਗੀ। ਅਤੇ ਉਹੀ ਚੀਜ਼ ਮੇਰੇ ਨਾਲ ਆ, ਹੈ ਨਾ, ਕਿਉਂਕਿ ਮੈਂ ਆਪਣਾ ਨਾਲੇ ਆਪਣੇ ਬੱਚੇ ਸਾਂਭ ਲੈਂਦੀ ਹਾਂ,
ਨਾਲੇ ਆਪਦੇ ਕੋਈ ਵੀ ਕੰਮ ਨੇ ਆਪਾਂ ਨੇ ਕਰਨੇ ਨੇ ਆਪਾਂ ਉਹ ਕਰ ਲੈਂਦੇ ਹਾਂ, ਨਾਲੇ ਮੈਂ ਸਿਲਾਈ ਵਗੈਰਾ ਦਾ ਵੀ ਕਰ ਲੈਂਦੀ ਹਾਂ, ਬਾਕੀ ਜਿਹੜਾ ਮੇਰਾ ਸਲੂਨ ਦਾ ਪਾਰਲਰ ਦਾ ਕੰਮ ਉਹ ਵੀ ਮੇਰਾ ਘਰ ਵਿੱਚ ਹੀ ਹੈਗਾ, ਉਹ ਮੈਂ ਕਿਤੇ ਅਲੱਗ ਤੋਂ ਸ਼ੋਪ ਨਹੀਂ ਬਣਾਈ ਹੋਈ ਹੈਗੀ, ਅਤੇ ਨਾਲੇ ਆਪਾਂ ਉਹ ਵੀ ਆਪਾਂ ਦਾ ਕਰ ਲੈਂਦੇ ਹਾਂ, ਹੈ ਨਾ। ਪਹਿਲੀ ਗੱਲ ਤਾਂ ਜਦੋਂ ਆਪਾਂ ਕਿਤੇ ਬਾਹਰ ਜਾਂਦੇ ਹਾਂ ਨਾ, ਬੱਚਿਆਂ 'ਚ ਵੀ ਨਹੀਂ ਉਹਨਾਂ ਧਿਆਨ ਦਿੱਤਾ ਜਾਂਦਾ ਹੈਗਾ, ਅਤੇ ਵੀ ਸਾਰਾ ਦਿਨ ਹੈ ਨਾ ਆਪਾਂ ਬਾਹਰ ਵੀ ਨਹੀਂ ਰਹਿ ਸਕਦੇ ਹੈਗੇ, ਅਤੇ ਸਾਰਾ ਦਿਨ ਹੈ ਨਾ ਆਪਾਂ ਬਾਹਰ ਵੀ ਨਹੀਂ ਰਹਿ ਸਕਦੇ। ਕਈ ਵਾਰ ਕੋਈ ਰਿਸ਼ਤੇਦਾਰ ਵਗੈਰਾ ਆ ਗਿਆ ਜਾਂ ਕੋਈ ਭੈਣ ਭਾਈ ਆ ਗਿਆ ਨਾ, ਜਿਹਨਾਂ ਘਰ ਮੇਰੇ ਵਰਗੀਆਂ ਭੈਣਾਂ ਨਾ ਇਕੱਲੀਆਂ ਨੇ, ਉਹਨਾਂ ਨੂੰ ਬਹੁਤ ਔਖਾ ਹੋ ਜਾਂਦਾ ਇਸ ਚੀਜ਼ ਬਾਰੇ। ਅਤੇ ਜੇ ਹਾਂ ਆਪਣੇ ਕੋਲ ਰਸਤਾ ਹੈਗਾ ਆਪਾਂ ਬਾਹਰ ਕਰ ਸਕਦੇ ਹਾਂ ਬੁਟੀਕ, ਤਾਂ ਜ਼ਰੂਰ ਇਹ ਚੀਜ਼ ਨੂੰ ਅੱਗੇ ਵਧਣਾ ਚਾਹੀਦਾ, ਕੋਈ ਇਹੋ ਜਿਹੀ ਗੱਲ ਨਹੀਂ। ਪਰ ਹਾਂ ਅਲੱਗ ਅਲੱਗ ਸੋਚ ਹੁੰਦੀ, ਜਿਵੇਂ ਮੈਂ ਹੈ ਨਾ, ਮੈਨੂੰ ਘਰ ਹੀ ਆਪਦਾ ਜਿਹੜਾ ਕੰਮ ਆਪਣੇ ਕੋਲ ਆਉਂਦਾ ਵਧੀਆ, ਤਾਂ ਮੈਨੂੰ ਘਰ ਹੀ ਠੀਕ ਆ ਹੈ ਨਾ, ਜਦੋਂ ਆਪਣੇ ਕੋਲ ਟਾਈਮ ਹੈਗਾ ਆਪਾਂ ਨੇ ਕੰਮ ਕਰ ਲਏ ਜਾਂ ਫਿਰ ਆਪਾਂ ਨੇ ਆਪਦਾ ਘਰ ਦੇ ਕੰਮ ਧੰਦੇ ਕਰ ਲਏ, ਹੈ ਨਾ, ਉਹ ਚੀਜ਼ ਨੂੰ ਲੈ ਕੇ। ਅਤੇ ਇੱਕ ਮੇਰੀ ਭੈਣ ਦਾ ਕਮੈਂਟ ਹੈਗਾ ਸੀ, ਕਹਿੰਦੇ ਤੁਹਾਡੇ ਹਸਬੈਂਡ ਕੀ ਵਰਕ ਕਰਦੇ? ਮੇਰੇ ਹਸਬੈਂਡ ਦੀ ਹੈਗੀ ਹੈ ਜੀ ਸ਼ੋਪ, ਘਰ ਏ ਸੀ, ਘਰ ਰਿਪੇਅਰ ਵਗੈਰਾ ਦੀ, ਹੈ ਨਾ, ਮੇਰੇ ਹੈਗੀਆਂ ਨੇ 3 ਬੇਟੀਆਂ। ਇਹ ਚੀਜ਼ਾਂ ਨੂੰ ਲੈ ਕੇ 2-3 ਕਮੈਂਟ ਆਏ ਹੋਏ ਸੀਗੇ, ਅਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਹਾਂ ਜੀ ਜਿਹੜਾ ਆਪਣਾ ਹੈਗਾ ਸਾਡਾ ਰੂਮ, ਇਹ ਰੂਮ ਆ ਗਿਆ, ਅਤੇ ਇਹ ਨਾਲ ਹੀ ਇੱਧਰ ਸਾਡੀ ਕਿਚਨ ਆ ਗਈ, ਅਤੇ ਆਹ ਹੈਗਾ ਸਾਡਾ ਬਰਾਂਡਾ। ਸਿਲਾਈ ਵਗੈਰਾ ਦਾ ਪਈਆਂ ਨੇ ਮੇਰੀਆਂ ਮਸ਼ੀਨਾਂ, ਬਸ ਥੋੜ੍ਹਾ ਜਿਹਾ ਅੱਗੇ ਪਿੱਛੇ ਮਸ਼ੀਨਾਂ ਨੂੰ ਆਪਾਂ ਕਰ ਲੈਂਦੇ ਜਿੱਥੇ ਦੀ ਆਪਾਂ ਨੂੰ ਜਗ੍ਹਾ ਸੈੱਟ ਲੱਗਦੀ ਆ। ਥੋੜ੍ਹੀ ਜਿਹੀ ਮੈਂ ਪਿਛਲੀ ਵੀਡੀਓ ਤੁਸੀਂ ਦੇਖ ਲਓ, ਥੋੜ੍ਹੀ ਜਿਹੀ ਮੈਂ ਸੈਟਿੰਗ ਵੀ ਕਰੀ ਆ ਚੀਜ਼ ਦੀ, ਇੱਥੋਂ ਰੱਖਿਆ ਹੋਇਆ ਸੀ ਗੱਦਾ ਮੰਜਾ ਵਗੈਰਾ, ਉਹ ਮੈਂ ਚੱਕਤਾ, ਮਸ਼ੀਨਾਂ ਮੈਂ ਆਪਦੀ ਇੱਕ ਸਾਈਡ 'ਤੇ ਲਗਾ ਰਹੀਆਂ ਨੇ। ਮੈਂ ਤੁਹਾਨੂੰ ਦੱਸਦੀ ਹੁਣ ਮਤਲਬ ਕਿਹੜੀਆਂ ਮਸ਼ੀਨਾਂ ਮਤਲਬ ਇਹ ਹੈਗੀ ਆ ਕਢਾਈ ਵਾਲੀ ਮਸ਼ੀਨ, ਐਮਬਰੋਡਰੀ ਵਾਲੀ, ਅਤੇ ਇਹ ਹੈਗੀ ਇੰਟਰਲੋਕ ਵਾਲੀ, ਅਤੇ ਇਹ ਹੈਗੀ ਆਪਣੀ ਹੱਥ ਵਾਲੀ ਅੰਬਰੇਲਾ ਮਸ਼ੀਨ, ਅਤੇ ਇੱਥੇ ਨੇ ਜੀ ਮੇਰਾ, ਇਹੀ ਮੇਰਾ ਬੁਟੀਕ ਆ ਜੀ, ਮੇਰਾ ਘਰ ਹੈਗਾ। ਅਤੇ ਜਦੋਂ ਆਪਾਂ ਇੱਧਰਲੀ ਸਾਈਡ ਜਾਂਦੇ ਹਾਂ ਅਤੇ ਇਹ ਹੈਗਾ ਗੇਟ, ਯਾਨੀ ਮੇਰੀ ਸ਼ੋਪ ਨੂੰ ਨਿਕਲਦਾ ਵਾ, ਅਤੇ ਇੱਧਰਲੀ ਸਾਈਡ ਸ਼ੋਪ ਆ, ਅਤੇ ਆਹ ਗੇਟ ਆਪਣਾ ਬਾਹਰ ਵਿਹੜੇ ਦੇ ਵਿੱਚ ਚਲਾ ਜਾਂਦਾ ਗਾ, ਅਤੇ ਆਹ ਹੈਗਾ ਆਪਣਾ ਛੋਟਾ ਜਿਹਾ ਮੇਰਾ ਸਲੂਨ ਲਾ ਲਓ, ਹੈ ਨਾ, ਅਤੇ ਸ਼ੋਪ ਲਾ ਲਓ। ਇੱਧਰ ਦੇਖੋ ਮਿਰਰ ਲੱਗਿਆ ਹੋਇਆ, ਅਤੇ ਨਾਲ ਹੀ ਚੇਅਰ, ਅਤੇ ਇੱਧਰ ਮੈਂ ਥੋੜ੍ਹਾ ਜਿਹਾ ਆਪਣਾ ਜਿਹੜਾ ਹੈਗਾ ਮੇਕਅਪ ਵਗੈਰਾ ਦਾ ਸਮਾਨ ਕੁਛ ਇੱਦਾਂ ਉਹ ਚੀਜ਼ ਰੱਖੀਆਂ ਹੋਈਆਂ ਨੇ, ਬਾਕੀ ਫੇਸ਼ੀਅਲ ਕਿੱਟਾਂ ਵਗੈਰਾ ਮੈਂ ਇੱਧਰ ਰੱਖੀਆਂ ਹੋਈਆਂ ਦਰਾਜ ਦੇ ਵਿੱਚ, ਅਤੇ ਮੈਂ ਨਾਲ ਹੀ ਰੱਖੀਆਂ ਹੋਈਆਂ ਨੇ ਲੈਸਾਂ ਵਗੈਰਾ ਅਤੇ ਕੁਛ ਕੋਸਮੈਟਿਕ ਦਾ ਸਮਾਨ। ਇਹ ਮੇਰੀ ਹੈਗੀ ਸੀ ਪੁਰਾਣੀ ਚੇਅਰ, ਅਤੇ ਜਦੋਂ ਮੈਂ ਇਹ ਵਾਲੀ ਨਿਊ ਲਿਆਉਂਦੀ ਸੀ ਫਿਰ ਮੈਂ ਉਹ ਇੱਕ ਸਾਈਡ 'ਤੇ ਲਿਆ ਕੇ ਰੱਖਤਾ ਸੀਗਾ, ਮੈਂ ਸੇਲ ਨਹੀਂ ਕੀਤੀ ਹੈਗੀ ਉਹ, ਅਤੇ ਮੈਂ ਕਿਹਾ ਚਲੋ ਕਈ ਵਾਰੀ ਕੰਮ ਦੇ ਜਾਂਦੀ ਹੈ ਜਦੋਂ, ਹੈ ਨਾ, ਦੋ ਭੈਣਾਂ ਇਕੱਠੀਆਂ ਆ ਜਾਂਦੀਆਂ ਫਿਰ ਆਪਾਂ ਨੂੰ ਕੰਮ ਦੇ ਜਾਂਦੀਆਂ। ਲਓ ਜੀ ਇਹ ਹੈਗਾ ਮੇਰਾ ਸਲੂਨ, ਇਹ ਮੈਂ ਬਣਾਇਆ ਸੀ ਟੈਂਪਰੇਰੀ ਬੈਡਸ ਬੈੱਡ, ਪਰ ਇਹਨੂੰ ਹੁਣ ਦੇਖਦੇ ਹਾਂ ਆਪਾਂ, ਜਾਂ ਤਾਂ ਨਿਊ ਲੈ ਕੇ ਆਵਾਂਗੇ ਜਾਂ ਫਿਰ ਇਹਨੂੰ ਰੈਨੋਵੇਸ਼ਨ ਵਗੈਰਾ ਨਾ ਕਰਾਂਗੇ, ਅਤੇ ਇਹਦੀ ਸੈਟਿੰਗ ਵਗੈਰਾ ਕਰਾਂਗੇ। ਅਤੇ ਲਓ ਜੀ ਇਹ ਜਿਹੜਾ ਗੇਟ ਆ ਇਹ ਨਿਕਲ ਜਾਂਦਾ ਬਾਹਰੋਂ, ਬਾਹਰੋਂ ਲੱਗਿਆ ਹੋਇਆ ਕੁੰਡਾ, ਅਤੇ ਇੱਥੋਂ ਹਟ ਕੇ ਆਹ ਵਾਲੀ ਜਿਹੜੀ ਮੇਰੀ ਸ਼ੋਪ ਆ ਗਈ, ਅਤੇ ਇੱਧਰਲੀ ਸਾਈਡ ਆ ਗਿਆ ਬਰਾਂਡਾ, ਆਇਆ ਵੀ ਇੱਧਰੋਂ ਡਿੰਗਾ ਵੀ ਰਹਿੰਦੀਆਂ ਨਾ ਬਾਕੀ, ਅਤੇ ਆਪਾਂ ਅੰਦਰ ਦੀ ਆ ਜਾ ਵੀ ਸਕਦੇ ਹਾਂਗੇ, ਹੈ ਨਾ। ਲਓ ਜੀ ਇਹ ਹੈਗੀ ਸੀ ਮੇਰੀ ਅੱਜ ਦੀ ਵੀਡੀਓ, ਵੀਡੀਓ ਚੰਗੀ ਲੱਗੀ ਹੋਵੇ ਤਾਂ ਤੁਸੀਂ ਲਾਈਕ, ਸ਼ੇਅਰ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ, ਚੈਨਲ ਨੂੰ ਫਸਟ ਟਾਈਮ ਆਏ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ। ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਮਿਲਦੇ ਕਿਸੇ ਨਵੇਂ ਵਲੌਗ ਦੇ ਨਾਲ।